ਹਾਂਜੀ ਪੰਡਿਤ ਜੀ, ਬੋਲੀਏ ਸਿਆਵਰ ਰਾਮ ਚੰਦਰ ਭਗਵਾਨ ਕੀ ਜੈ, ਬੋਲੀਏ ਪਵਨ ਸ਼ੁੱਧ ਹਨੁਮਾਨ ਕੀ ਜੈ। ਸਭਸੇ ਪਹਿਲੇ ਪੰਡਿਤ ਗਣੇਸ਼ ਉਪਾਧਿਆਇ ਕੀ ਤਰਫ ਸੇ ਸਾਰੇ ਨਗਰ ਨਿਵਾਸੀਓ ਕੇ ਲੀਏ ਔਰ ਆਪਣੀ ਰਾਮਲੀਲਾ ਕਮੇਟੀ ਕੇ ਲੀਏ ਔਰ ਆਪਣੇ ਪ੍ਰਧਾਨ ਮੰਤਰੀ ਜੀ ਹੈਪੀ ਬਾਜੀ ਕੇ ਲੀਏ ਦੁਸਹਿਰਾ ਕੀ ਬਹੁਤ ਬਹੁਤ ਸ਼ੁਭ ਕਾਮਨਾ ਹੈ। ਵੀ ਪਿਛਲੇ ਸਾਲ ਵੀ 56ਵਾਂ ਦੁਸਹਿਰਾ ਹੈ ਜੀ ਆਪਣੇ, ਤੋ ਹਰ ਸਾਲ ਬੜ ਚੜ ਕੇ ਜੋ ਵੀ ਸੰਖਿਆ ਹੈ ਵੀ ਇਹ ਬੜਤੀ ਜਾ ਰਹੀ ਔਰ ਰਾਮ ਜੀ ਕਾ ਜੋ ਆਸ਼ੀਰਵਾਦ ਹੈ ਵੀ ਅਬ ਸਾਰੇ ਲੋਕੋ ਕੇ ਲੀਏ ਪ੍ਰਾਪਤ ਹੋ ਰਹਾ, ਤੋ ਵੀ ਮੇਰੀ ਤਰਫ ਸੇ ਔਰ ਆਪਣੀ ਮੰਦਿਰ ਕਮੇਟੀ ਕੀ ਤਰਫ ਸੇ ਸਾਰੇ ਨਗਰ ਨਿਵਾਸੀਓ ਕੇ ਲੀਏ ਬਹੁਤ ਬਹੁਤ ਸ਼ੁਭਕਾਮਨਾ ਹੈ। ਔਰ ਸਭੀ ਸੇ ਅਨੁਰੋਧ ਹੈ ਵੀ 12 ਤਾਰੀਖ ਕੋ 12 ਅਕਤੂਬਰ ਕੋ ਵੀ ਆਪਣਾ ਇਸੀ ਗਰਾਊਂਡ ਪਰ ਜੋ ਹੈ ਕਿ ਦੁਸਹਿਰਾ ਪ੍ਰੋਗਰਾਮ ਹੈ ਨਡਾਲਾ ਰੋਡ, ਹਾਂ ਜੀ, ਔਰ ਆਜ ਸੇ ਪ੍ਰਾਚੀਨ ਸ਼ਿਵ ਮੰਦਿਰ ਮੈਂ ਜੋ ਹੈ ਕਿ ਰਾਮਲੀਲਾ ਪ੍ਰਾਰੰਭ ਹੋ ਰਹੀ ਜੀ ਸ਼ਾਮ ਕੋ 8:30 ਸੇ 10:30 ਵਜੇ ਤੱਕ। ਸਾਰੀ ਸੰਗਤ ਕੇ ਲੀਏ ਹੱਥ ਜੋੜ ਕੇ ਬੇਨਤੀ ਮੇਰੀ ਤਰਫ ਸੇ, ਸਾਰੀ ਕਮੇਟੀ ਕੀ ਤਰਫ ਸੇ ਔਰ ਬੇਗੋਵਾਲ ਨਿਵਾਸੀਓ ਕੀ ਤਰਫ ਸੇ, ਆਸ ਪਾਸ ਕੇ ਜੋ ਵੀ ਪਿੰਡ ਹੈ, ਤੁਹਾਰਾ ਸਭੀ ਜੋ ਹੈ ਪ੍ਰਭੂ ਸ਼੍ਰੀ ਰਾਮ ਜੀ ਕੀ ਰਾਮਲੀਲਾ ਮੈਂ ਸਮਰਪਿਤ ਹੋ ਆਏ ਔਰ ਪ੍ਰਭੂ ਸ਼੍ਰੀ ਰਾਮ ਜੀ ਕਾ ਆਸ਼ੀਰਵਾਦ ਲੈਂ ਔਰ ਇਹ ਦੇਖ ਕੇ ਆਪਣੀ ਸਨਾਤਨ ਸੰਸਕ੍ਰਿਤੀ ਮੈਂ ਰਾਮ ਜੀ ਔਰ ਰਾਮ ਜੀ ਕਾ ਕਿਆ ਮਹੱਤਵ, ਭਗਵਾਨ ਸ਼੍ਰੀ ਰਾਮ ਜੀ ਜੋ ਆਦਰਸੋਂ ਕੇ ਜੋ ਪ੍ਰਤੀਕ ਥੇ ਭਈਆ, ਆਜ ਵੀ ਹਮ ਉਨ੍ਹੀਂ ਕੇ ਆਦਰਸੋਂ ਪਰ ਚੱਲ ਰਹੇ ਹੈ। ਭਈਆ ਐਸੀ ਰਾਮਲੀਲਾ ਇਸ ਲਈ ਕਰਾਈ ਜਾਤੀ ਹੈ ਭਈਆ ਜੋ ਰਾਮ ਜੀ ਨੇ ਆਪਣੇ ਮਰਿਆਦਾ ਜੋ ਪੁਰਸ਼ੋਤਮ ਥੇ ਉਨਕੇ ਆਦਰਸੋਂ ਕੇ ਅਨੁਸਾਰ ਹਮ ਸਾਰੇ ਲੋਕ ਚਲੇ, ਕਿਉਂਕਿ ਜਬ ਹਮ ਚਲੇਂਗੇ ਤੋ ਹਮਾਰੇ ਬੱਚੇ ਚਲੇਂਗੇ, ਆਗਨੇ ਵਾਲੀ ਹਮਾਰੀ ਜੋ ਹੈ ਪੀੜ੍ਹੀਆ ਹੈ ਉਹ ਇਸੀ ਅਨੁਸਾਰ ਚਲੇਗੀ ਤੁਰੇਗੀ। ਤੋ ਭਈਆ ਜੋ ਵੀ ਸਾਰੇ ਨਗਰ ਨਿਵਾਸੀ ਹੈ ਹਮਾਰੇ ਆਸੇ ਪਾਸੇ ਸਾਰੇ ਨਗਰ ਕੇ ਜੋ ਲੋਕ ਹੈ ਭਈਆ ਸਾਰੇ ਲੋਕ ਆਪਣੇ ਰਾਮਲੀਲਾ ਮੈਂ ਆਏ ਔਰ ਆਪਣਾ 12 ਅਕਤੂਬਰ ਕੋ ਭਈਆ ਇਸੀ ਗਰਾਊਂਡ ਪਰ ਬੜੇ ਜ਼ੋਰ ਸ਼ੋਰ ਸੇ ਬਹੁਤ ਹੀ ਬੜੇ ਲੇਵਲ ਪਰ ਰਾਮਲੀਲਾ ਕਾ ਜੀ ਪ੍ਰੋਗਰਾਮ ਹੋ ਰਹਾ ਹੈ। ਤੋ ਯਹਾਂ ਆਪਣੇ ਔਰ ਆਪਣੇ ਪ੍ਰਧਾਨ ਜੀ ਹੈਪੀ ਬਾਜੀ ਭਈਆ ਜੋ ਕਿ ਬੜ ਚੜ ਕਰ ਜੋ ਕਾਰਯ ਕਰਾ ਰਹੇ ਆਪਣੀ ਮੰਦਿਰ ਕਮੇਟੀ ਕੇ ਸਹਿਯੋਗ ਚ, ਤੋ ਇਹਨਾਂ ਕੇ ਲੀਏ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਭਕਾਮਨਾ ਹੈ। ਬੋਲੇ ਸਿਆਵਰ ਰਾਮ ਚੰਦਰ ਭਗਵਾਨ ਕੀ ਜੈ। ਅੱਜ ਜਿਹੜੀ ਝੰਡੀ ਰਸਮ ਕੀਤੀ ਗਈ ਕਿਹਨਾਂ ਕਹਿਣ ਚ, ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅੱਜ ਦਾ ਜੋ 56ਵਾਂ ਦੁਸਹਿਰਾ ਜੋ ਅਸੀਂ ਲਾਉਣ ਜਾ ਰਹੇ ਹੈਗੇ ਹਾਂ ਔਰ ਸਾਡੇ ਬਹੁਤ ਹੀ ਹੋਣਹਾਰ ਸਾਡੇ ਪ੍ਰਧਾਨ ਰਜੇਸ਼ ਕੁਮਾਰ ਜੀ ਹੈਪੀ ਖਿੰਦੜੀਆ, ਉਹਨਾਂ ਦੀ ਰਹਿਨਮਾਈ 'ਚ ਉਹਨਾਂ ਦੀ ਸਾਰੀ ਜੋ ਟੀਮ ਹੈਗੀ ਆ ਉਹ ਪਿਛਲੇ 1 ਮਹੀਨੇ ਤੋਂ ਬਹੁਤ ਮਿਹਨਤ ਕਰਕੇ ਜਿੰਨੇ ਵੀ ਸਾਡੇ ਨਵੇਂ ਕਲਾਕਾਰ ਆਏ ਆ, ਕਿਉਂਕਿ ਸਾਡੀ ਜਿਹੜੀ ਪਿਛਲੀ ਟੀਮ ਸੀਗੀ ਉਹ ਬਹੁਤ ਬੱਚੇ ਬਾਹਰ ਚਲ ਗਏ ਆ, ਸੋ ਇਹਨਾਂ ਨਵਿਆਂ ਬੱਚਿਆਂ ਨੇ ਸਾਡੀ ਜੇ ਕਮੀ ਹੈਗੀ ਆ ਜੋ ਪੂਰੀ ਕੀਤੀ ਆ ਔਰ ਬਹੁਤ ਉਤਸ਼ਾਹ ਦੇ ਨਾਲ 1 ਮਹੀਨੇ ਤੋਂ ਲਗਾਤਾਰ ਇਹ ਮਿਹਨਤ ਕਰ ਰਹੇ ਮੰਦਿਰ ਦੇ ਵਿੱਚ। ਸੋ ਅੱਜ ਦਾ ਮੈਂ ਸਮਝਦਾ ਕਿ ਅਮਾਵਸਿਆ ਬਹੁਤ ਪਵਿੱਤਰ ਦਿਹਾੜਾ ਵਾ ਔਰ ਝੰਡੇ ਦੀ ਜੋ ਰਸਮ ਹੈ ਉਹ ਜੋ ਸ਼ੁਰੂਆਤ ਹੁੰਦੀ ਆ ਦੁਸਹਿਰੇ ਦੀ ਝੰਡੇ ਦੀ ਰਸਮ ਤੋਂ ਹੁੰਦੀ ਆ, ਸੋ ਉਹ ਝੰਡੇ ਦੀ ਰਸਮ ਜਿਹੜੀ ਹੈਗੀ ਆ ਅਸੀਂ ਇਸ ਬਹੁਤ ਮੁਕੱਦਸ ਜਗ੍ਹਾ ਦੇ ਉੱਤੇ ਆ ਕੇ ਇਹਨੂੰ ਮਨਾ ਰਹੇ ਹੈਗੇ ਹਾਂ। ਝੰਡਾ ਜਿਹੜਾ ਹੈਗਾ ਵਾ ਹੁਣੀ ਕੁਛ ਚਿਰ ਬਾਅਦ ਰਸਮ ਦੇ ਨਾਲ ਪੰਡਿਤ ਜੀ ਜੋ ਵੀ ਆਪਣਾ ਮਰਿਆਦਾ ਦੇ ਨਾਲ ਝੰਡੇ ਦੀ ਰਸਮ ਅਦਾ ਕਰਵਾਉਣਗੇ। ਸੋ ਮੈਂ ਬੇਗੋਵਾਲ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਇਹ ਜੋ ਬੇਗੋਵਾਲ ਸ਼ਹਿਰ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਨਗਰੀ ਆ, ਉਹਨਾਂ ਦਾ ਆਸ਼ੀਰਵਾਦ ਆ, ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਆ ਔਰ ਇੱਕ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਔਰ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਵਾ। ਅਤੇ ਆਪਾਂ ਪਿਛਲੇ 56 ਸਾਲ ਤੋਂ ਇੱਦਾਂ ਹੀ ਬਚਪਨ ਤੋਂ ਹੁਣ ਤੱਕ ਦੇਖਦੇ ਆ ਰਹੇ ਹਾਂ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਕੋਈ ਵੀ ਇਨਸਾਨ ਜੋ ਬੇਗੋਵਾਲ ਜਾਂ ਇਹਦੇ ਆਸੇ ਪਾਸੇ ਜਿੰਨੇ ਵੀ ਮੋਹਤਬਰ ਹੈਗੇ ਆ ਕੋਈ ਵੀ ਪਿੱਛੇ ਨਹੀਂ ਰਹਿੰਦਾ ਇਸ ਦੁਸਹਿਰੇ ਤੋਂ, ਕਿਉਂਕਿ ਇਸ ਦੁਸਹਿਰੇ ਦੀ ਇਹ ਬਿਊਟੀ ਆ ਕਿ ਇਹ ਆਪਣੇ ਇਲਾਕੇ ਦੇ ਵਿੱਚ ਜੋ ਕਸਬਿਆਂ ਦੇ ਵਿੱਚ ਦੁਸਹਿਰਾ ਵਾ ਉਹਦੇ ਵਿੱਚ ਨੰਬਰ 1 'ਤੇ ਇਹਦੀ ਜਿਹੜੀ ਪ੍ਰਮੁੱਖਤਾ ਹੈਗੀ ਆ। ਸੋ ਕਿਉਂਕਿ ਇਹਦੇ ਵਿੱਚ
ਅਤੇ ਕੋਈ ਜਿੰਨੀ ਵੀ ਜਗ੍ਹਾ ਹੈਗੀ ਆ 10-12 ਕਿੱਲੇ, ਇਹਦੇ ਵਿੱਚ ਤੁਹਾਨੂੰ ਸੈਂਟੀਮੀਟਰਾਂ ਦੇ ਵਿੱਚ ਵੀ ਜਗ੍ਹਾ ਨਹੀਂ ਖਾਲੀ ਲੱਭਣੀ ਜਿੱਦਾਂ ਦੁਸ਼ਹਿਰਾ ਹੋਣਾ। ਬੱਚਿਆਂ 'ਚ ਬਹੁਤ ਪ੍ਰੇਮ ਹੁੰਦਾ ਵਾ, ਬਾਹਰੋਂ ਸਾਡੇ ਪ੍ਰਵਾਸੀ ਜਿਹੜੇ ਆਏ ਆ ਬਿਹਾਰ ਤੋਂ, ਬੰਗਾਲ ਤੋਂ, ਰਾਜਸਥਾਨ ਤੋਂ, ਹਿਮਾਚਲ ਤੋਂ, ਬਿਹਾਰ ਤੋਂ, ਉਹ ਸਾਰੇ ਜਿਹੜੇ ਹੈਗੇ ਇਹਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਵੱਧ ਚੜ ਕੇ ਯੋਗਦਾਨ ਪਾਉਂਦੇ ਆ। ਤੋ ਮੈਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ, ਖਾਸ ਤੌਰ 'ਤੇ ਸਾਡੇ ਬਾਜਵਾ ਜੀ ਜਿਹੜੇ ਸਾਡੀ ਵੀਡੀਓ ਬਣਾ ਕੇ ਇਹਨੂੰ ਕਵਰ ਕਰਦੇ ਆ ਹਰ ਸਾਲ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ। ਸੋ ਇੱਕ ਵਾਰੀ ਫਿਰ ਮੈਂ ਸਾਰੀ ਮੰਦਰ ਕਮੇਟੀ ਨੂੰ, ਰਾਜੇਸ਼ ਕੁਮਾਰ ਜੀ, ਹੈਪੀ ਖਿੰਦੜੀਆ ਸਾਡੇ ਪ੍ਰਧਾਨ ਸਾਹਿਬ, ਔਰ ਉਹਨਾਂ ਦੀ ਸਾਰੀ ਟੀਮ, ਔਰ ਜਿੰਨੇ ਵੀ ਸਾਡੇ ਕਲਾਕਾਰ ਹੈਗੇ ਆ, ਔਰ ਜਿੰਨੇ ਵੀ ਦਰਸ਼ਕ ਹੈਗੇ ਆ ਇਸ ਵੇਲੇ ਮੌਜੂਦ ਆ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਫਿਰ ਤਾਕੀਦ ਕਰਾਂਗਾ ਕਿ ਇਸ ਦੁਸ਼ਹਿਰੇ ਦੇ ਵਿੱਚ, ਇਸ ਜੋ 12 ਦਿਨ ਉਤਸਵ ਚੱਲਣਾ, ਇਹਦੇ ਵਿੱਚ ਵੱਧ ਚੜ੍ਹ ਕੇ ਰਾਤ ਨੂੰ ਰੋਜ਼ ਰਾਮਲੀਲਾ ਵੇਖਣ ਆਇਆ ਕਰਨ, ਅਤੇ ਦੁਸ਼ਹਿਰੇ ਵਾਲੇ ਦਿਨ ਆਪਾਂ ਫਿਰ ਇੱਥੇ ਇਕੱਠੇ ਹੋਵਾਂਗੇ। ਸੋ